ਮੈਨੂੰ ਲਾਈਟ ਸਰ ਨੂੰ ਪੰਜ ਠੋਕਰ ਦੇਖੀ ਮੈਂ ਫੋਨ ਤੇ ਕੱਤ ਕੀਤਾ ਮੈਸੇਂਜਰ ਤੇ ਉਹ ਚੰਦ ਹੀ ਆ ਭੈਣ ਚੋ ਗੋਲੀ ਲੱਗੀ ਮਾਰੇ ਇੱਥੇ ਬੰਦੇ ਨੇ। ਅੱਛਾ, ਔਰ ਬੰਦੇ ਕਿੱਧਰ ਸੇ ਆਏ ਥੇ ਔਰ ਕਿੱਧਰ ਕੋ ਗਏ ਵੋ? ਕਿਆ ਨਾਮ ਉਸਕਾ ਪਿੰਡ ਕਾ ਹੈ? ਸੁੰਦਰ ਕਲਾ। ਸੁੰਦਰ ਕਲਾ ਮੇ ਲਗਾਏ। ਇੱਧਰ ਕੋ ਗਏ? ਕਿਆ ਨਾਮ? ਬਡਾਲਾ। ਬਡਾਲਾ ਕੋ ਗਏ? ਬਡਾਲਾ ਕੋ ਗਏ। ਹਾਂ, ਔਰ ਕਿਤਨੇ ਲੋਕ ਥੇ ਵੋ? ਤੀਨ ਲੋਕ ਥੇ। ਅੱਛਾ, ਕੁਛ ਹੈ ਹੁਲੀਆ ਪਤਾ ਕੈਸੇ ਕੈਸੇ ਲੋਕ ਥੇ ਵੋ? ਹੁਲੀਆ ਨਹੀਂ ਪਤਾ ਹੈ। ਅੱਛਾ, ਹਾਂ ਗੋਲੀ ਕਿੱਥੇ ਲੱਗੀ ਭਾਈ? ਪੱਟ ਤੇ ਲੱਗੀ ਆ। ਜਦੋਂ ਪਤਾ ਲੱਗਾ ਸੀਗਾ ਵੀ ਗੋਲੀ ਚੱਲੀ ਆ, ਫਿਰ ਤੁਸੀਂ ਫਿਰ ਤੋਂ? ਉਹਨੇ ਬਾਜਾਂ ਮਾਰੀਆਂ। ਅੱਛਾ, ਹਾਂ, ਫਿਰ ਤੁਸੀਂ ਬਚ ਕੇ ਗਏ? ਅਸੀਂ ਬਚ ਕੇ ਫਿਰ ਉੱਥੇ ਗਏ। ਅੱਛਾ, ਕੀ ਸਥਿਤੀ ਸੀ ਉਸ ਸਮੇਂ? ਹਾਲਤ ਕਿਵੇਂ ਸੀ ਉਸਦੀ? ਹਾਲਤ ਜ਼ਿਆਦਾ ਗੰਭੀਰ ਸੀ। ਅੱਛਾ, ਹਾਂ, ਚੱਕ ਕੇ ਉਸ ਗੋਲੀ ਉੱਤੇ ਗੱਡੀ ਦੇ ਬਿਠਾ ਲਿਆ ਸੀ। ਅੱਛਾ, ਚੱਕ ਕੇ ਗੱਡੀ ਵਿੱਚ ਬਿਠਾ ਲਿਆ। ਕਿੰਨੀ ਉਮਰ ਕਿੰਨੀ ਹੋਗੀ ਬੰਦੇ ਦੀ? ਉਮਰ ਹੋ ਗਈ 60 ਸਾਲ। ਹਾਂ, ਸਵੇਰੇ 6:30 ਤੋਂ 7:15 ਵਜੇ ਦੇ ਕਰੀਬ ਸਾਡੇ ਪਿੰਡ ਦੇ ਆ ਜੀ, ਇਹ ਸਰਦਾਰ ਜੀ, ਇਹਨਾਂ ਦਾ ਨਾਮ ਹੈਗਾ ਆ ਰੇਸ਼ਮ ਸਿੰਘ, ਸਨ ਆਫ ਅਮਰੀਕ ਸਿੰਘ। ਇਹਨਾਂ ਦਾ ਕਿਸੇ ਨਾਲ ਵੀ ਕਿਸੇ ਦਾ ਅੱਜ ਤੱਕ ਲੜਦੇ ਨਹੀਂ ਦੇਖੇ ਹੈਗੇ, ਨਾ ਕੋਈ ਲੜਾਈ ਝਗੜਾ, ਨਾ ਕੋਈ ਇਹਨਾਂ ਦਾ ਕੋਈ ਵਿਵਾਦ ਹੈ ਹੋਰ ਕਿਸੇ ਨਾਲ ਵੀ ਕਦੀ ਇੱਦਾਂ ਦਾ ਸੁਣਿਆ। ਸਵੇਰੇ ਆ ਰਹੇ ਸੀ ਇਹਨਾਂ ਦੇ ਇੱਥੇ, ਝੋਨਾ ਲਾ ਰਹੇ ਸੀਗੇ, ਟਰੈਕਟਰ 'ਤੇ ਆ ਰਹੇ ਸੀ, ਅਤੇ ਜਦੋਂ ਕੋਈ ਕਹਿੰਦੇ 3 ਬਣ 7 ਬੰਦੇ ਆਏ ਜਡਿਆਲੇ ਵਾਲੀ ਸਾਈਡ ਤੋਂ, ਅਤੇ ਆਹ ਜਿਹੜਾ ਰੋਡ ਜਿੱਥੇ ਆਪਾਂ ਖੜ੍ਹੇ ਹਾਂ ਬਡਾਲੇ ਨੂੰ ਜਾਂਦਾ ਇੱਥੋਂ,
ਇਹ ਪੂਰਾ ਕੋਈ ਰੰਜਿਸ਼ ਦੇ ਨਾਲ ਆਏ ਆ। ਇੱਧਰੋਂ ਮੰਨ ਲਓ ਜੇ ਬਰਾਲੇ ਤੋਂ ਜੜਿਆਲਿਓਂ ਐਂ ਨੂੰ ਆਉਣਾ ਆ ਬਰਾਲੇ ਨੂੰ, ਉੱਧਰਲਾ ਸਿੱਧਾ ਰਸਤਾ ਆ, ਆਹ ਰਸਤਾ ਸਿੱਧਾ ਨਹੀਂ ਹੈਗਾ। ਇਹ ਇੱਧਰ ਦੀ ਜਦੋਂ ਗਏ ਆ ਮੰਨ ਲਓ ਉੱਧਰੋਂ ਜੜਿਆਲੇ ਤੋਂ ਆ ਕੇ ਬਰਾਲੇ ਨੂੰ ਸਿੱਧਾ ਉੱਧਰੋਂ ਜਾਂਦਾ, ਆਹ ਨਹੀਂ ਜਾਂਦਾ ਹੈਗਾ। ਇੱਥੋਂ ਦੀ ਆਏ ਜਦੋਂ ਇੱਥੇ ਆਪਾਂ ਜਿੱਥੇ ਖੜ੍ਹੇ ਹਾਂ ਇੱਥੇ ਆ ਕੇ ਉਹਨਾਂ ਦੇ ਗੋਲੀ ਮਾਰੀ ਆ ਪੱਟ ਦੇ ਵਿੱਚ, ਗੋਲੀ ਮਾਰ ਕੇ ਅਤੇ ਉਹ ਬੰਦੇ ਭੱਜ ਗਏ ਆ। ਅਤੇ ਉਹ ਉਹਨਾਂ ਦੇ ਜਵਾਈ ਆਏ ਸੀਗੇ ਰੇਸ਼ਮ ਸਿੰਘ ਦੇ, ਉਹ ਉਹਨਾਂ ਨੂੰ ਲੈ ਕੇ ਗਏ ਆ। ਇਸ ਵੇਲੇ DMC ਹਸਪਤਾਲ ਦਾਖਲ ਆ ਜੀ ਉਹ। ਪਰਿਵਾਰ 'ਚ ਇਹਨਾਂ ਦੀ ਬੇਟੀ ਹੈ, ਇੱਕ ਪਹਿਲਾਂ ਬੇਟਾ ਸੀਗਾ ਉਹ ਪੂਰਾ ਹੋ ਗਿਆ ਸੀਗਾ 20-22 ਸਾਲ ਦਾ ਮੁੰਡਾ ਜਵਾਨ, ਅਤੇ ਹੁਣ ਬੇਟੀ ਆ ਅਤੇ ਜਵਾਈ ਆ, ਦੋਨੇ ਹੀ ਆ ਇਹ। ਅਤੇ ਹਾਲਤ ਕਿਵੇਂ ਹੁਣ ਉਹਨਾਂ ਦੀ? ਹਾਲਤ ਠੀਕ ਹੈ ਜੀ, ਫੋਨ 'ਤੇ ਕੀਤੀ ਆ ਗੱਲ, ਵਧੀਆ ਠੀਕ ਹੈ ਇਸ ਵੇਲੇ। ਅਤੇ ਬਾਕੀ ਮੁਲਾਜ਼ਮ ਗਏ ਆ ਉਹਨਾਂ ਦੀ ਜਾਣਕਾਰੀ ਲੈਣ ਸਾਰੀ ਵੀ ਕੀ ਵਿਸ਼ਾ ਹੈ। ਅਤੇ ਇਹ ਜਿਹੜੀ ਗੋਲੀ ਚੱਲੀ ਆ, ਗੋਲੀ ਚੱਲੀ ਦਾ ਵੀ ਪਤਾ ਕਿਹੜੇ ਪਾਸਿਓਂ ਆ ਕੇ ਕਿੱਧਰ ਨੂੰ ਬੰਦੇ ਗਏ ਸੀਗੇ? ਨਹੀਂ ਬੰਦੇ ਜੀ ਇਹ ਜਿੱਤਿਆਂ ਦੱਸਿਆ ਜੜਿਆਲੇ ਤੋਂ ਆਏ ਆ, ਜੜਿਆਲੇ ਤੋਂ ਇੱਧਰੋਂ ਆਹ ਰਸਤਾ ਬਰਾਲੇ ਨੂੰ ਜਾਂਦਾ, ਯਾਨੀ ਪੂਰੀ ਰੰਜਿਸ਼ ਦੇ ਨਾਲ ਇਹ ਪਲੈਨਿੰਗ ਦੇ ਨਾਲ ਇਹ ਕੰਮ ਹੋਇਆ ਆ। ਕਿਉਂਕਿ ਜੇ ਜੇ ਬਰਾਲੇ ਨੂੰ ਜਾਣਾ ਜੜਿਆਲੇ ਤੋਂ ਰਾਹ ਸਿੱਧਾ ਉੱਧਰਲਾ, ਆਹ ਰਾਹ ਜਿਹੜਾ ਪਿੰਡਾਂ ਭਾਰਦਵਾਜੀਆਂ ਮੂਹਰੇ ਇੱਧਰ ਦੀ ਇਹ ਰਾਹ ਨਹੀਂ ਕੋਈ ਜਾਂਦਾ ਹੈਗਾ, ਇਹ ਤਾਂ ਸਾਡੇ ਪਿੰਡ ਵਾਲੇ ਹੀ ਜਾਂਦੇ ਇਕੱਲੇ ਬਰਾਲੇ ਨੂੰ। ਇਹ ਰੰਜਿਸ਼ ਦੇ ਨਾਲ ਹੀ ਇਹ ਕੰਮ ਹੋਇਆ ਜੀ ਇੱਥੇ ਤੱਕ ਕੇ। ਅਤੇ ਪੁਲਿਸ ਪ੍ਰਸ਼ਾਸਨ ਦਾ ਰਵੱਈਆ ਹੁਣ ਇਸ ਟਾਈਮ ਕੇਸ ਨੂੰ ਲੈ ਕੇ ਕਿਵੇਂ ਦਾ? ਠੀਕ ਹੈ ਜੀ, ਲੱਗੇ ਆ ਕੈਮਰੇ ਚੈੱਕ ਕਰਦੇ ਆ, ਪੁਲਿਸ ਵਾਲੇ ਲੱਗੇ ਆਏ ਹੋਏ। SHO ਸਾਹਿਬ ਕਹਿੰਦੇ ਮੈਨੂੰ ਫੋਨ ਆਇਆ ਸੀ, ਕਹਿੰਦੇ ਮੈਂ ਲੁਧਿਆਣੇ ਉਹਨਾਂ ਦੇ ਕੋਲ ਚੱਲਿਆ ਰੇਸ਼ਮ ਸਿੰਘ ਦੇ ਕੋਲ, ਉੱਥੇ ਜਾ ਕੇ ਜਾਣਕਾਰੀ ਲੈਂਦਾ। ਧੰਨਵਾਦ।